ਸਰਜਾ ਦਾ ਉਹ ਮੈਚ ਮੈਨੂੰ ਕਦੀ ਵੀ ਨਹੀਂ ਭੁੱਲ ਸਕਦਾ। ਇਕਬਾਲ ਤੇ ਆਪਣਾ ਚਾ ਸਕੋਰ, ਮੈਂ ਬਹੁਤ ਪਜ਼ਲ ਹੋਇਆ ਸੀਗਾ। ਉਦਣ ਮੇਰੀ ਅੰਮੀ ਨੇ ਆਪਣੇ ਹੱਥਾਂ ਨਾਲ ਮੈਨੂੰ ਪਰੋਠਾ ਵੀ ਬਣਾ ਕੇ ਖਵਾਇਆ ਸੀਗਾ, ਅਤੇ ਮੇਰੇ ਅੱਬੂ ਉਦਣ ਮੈਨੂੰ ਚੁੰਮੀ ਜਾਂਦੇ ਸੀ। ਕੋਈ ਗੱਲ ਤਾਂ ਹੈ ਸੀ ਨਾ, ਆਖਿਰ ਉਹਨਾਂ ਦੇ ਪੁੱਤ ਨੇ ਛੱਕਾ ਜਿਹਾ ਮਾਰਨਾ ਸੀ। ਉਸ ਮੈਚ ਦੇ ਵਿੱਚ ਇੱਕ ਬਹੁਤ ਹੀ ਖਾਸ ਗੱਲ ਇਹ ਸੀ ਕਿ ਉਸ ਇੰਡੀਅਨ ਬਾਲਰ ਨੇ ਖੇਡਦੇ ਹੋਏ ਜਵੇਦ ਭਾਈ ਨੂੰ ਨੱਕ ਚੜਾਇਆ ਸੀ। ਉਲਟਾਸ ਦੀ ਜਗ੍ਹਾ 'ਚ ਉਹੀ ਬਾਲ ਥੋੜ੍ਹੀ ਜਿਹੀ ਥੱਲੇ ਆ ਜਾਂਦੀ ਤਾਂ ਨਿਜ਼ਾਮ ਹੀ ਕੁਛ ਹੋਰ ਹੋਣਾ ਸੀ। ਇਹ ਤਾਂ ਭੱਠੀ ਦੀ ਕਿਸਮਤ ਕਿਹਾ, ਕਿਉਂ ਬਾਲ ਫੁੱਲ ਟਾਸ ਆ ਗਿਆ, ਉਹਨੇ ਪਤਾ ਨਹੀਂ ਐਂ ਕਰਕੇ ਕੀਤਾ ਤਾਂ ਛੱਕਾ ਵੱਜ ਗਿਆ। ਜਵੇਦ ਮੀਆਂ ਪਿੱਚ ਤੇ ਖਲੋਤੇ ਪਰੇਸ਼ਾਨ ਲੱਗ ਰਹੇ ਨੇ ਔਰ ਫੀਲਡਰ ਚੈੱਕ ਕਰ ਰਹੇ ਨੇ ਕਿ ਰਾਹ ਕੋਈ ਨਹੀਂ ਹੈਗਾ, ਚੌਕਾ ਕਿਧਰੋਂ ਦੀ ਲੱਗੂਗਾ। ਇੱਕ ਬਾਲ ਹੈ ਤੇ ਚਾਰ ਸਕੋਰ ਚਾਹੀਦਾ ਹੈ ਪਾਕਿਸਤਾਨ ਨੂੰ ਜਿੱਤਣ ਵਾਸਤੇ। ਤਮਾਮ ਤਮਾਸ਼ੇ ਚੁੱਪ ਤੇ ਪਰੇਸ਼ਾਨ, ਬਾਈਜਾਨ ਕਦਰਦਾਨ ਮਿਹਰਬਾਨ, ਬੋਲਰ ਗੇ ਲੈ ਕੇ ਅੱਗੇ ਵਧਿਆ, ਬੈਟਸਮੈਨ ਨੇ ਸਾਹ ਭਰਿਆ, ਬੋਲਰ ਨੇ ਬਾਲ ਕਰਾਇਆ, ਅੰਪਾਇਰ ਨੇ ਧਿਆਨ ਕੀਤਾ ਔਰ ਛੱਕਾ। ਨਾਜ਼ਰੀਨ ਤੁਸੀਂ ਮੁਲਾਜ਼ਾ ਕਰੋਗੇ ਗੇਂਦ ਸਟੇਡੀਅਮ ਤੋਂ ਬਾਹਰ ਤੇ ਜਵੇਦ ਮੀਆਂਦਾਦ 120 ਦੀ ਸਪੀਡ ਤੇ ਦੌੜਦੇ ਹੋਏ ਕਾਤੋਂ ਬਾਹਰ। ਜਵੇਦ ਮੀਆਂਦਾਦ ਬੈਟ ਘੁਮਾਉਂਦੇ ਇੱਕ ਪਾਸੇ ਨਿਕਲ ਗਏ ਤੇ ਤਸੀਫ ਨੂੰ ਰਾਹ ਨਹੀਂ ਲੱਭ ਰਿਹਾ ਕਿੱਧਰ ਨੂੰ ਜਾਣਾ। ਉਹ ਨਾਜ਼ਰੀਨ ਇੱਕ ਪੁਲਿਸ ਵਾਲੇ ਦਾ ਅੰਨਾ ਧੱਕਾ ਤੋਂ ਤਸੀਫ ਪੁੰਜੇ, ਵਿਚਾਰੇ ਮਸਕੀਨ ਨੂੰ ਇੱਦਾਂ ਫੜ ਕੇ ਲਿਆਉਂਦੇ ਨੇ ਜਿਵੇਂ ਕੋਈ ਬੰਬ ਫੜਿਆ ਗਿਆ ਹੈ।